ਲੇਜੈਂਡਰੀ ਸਿੰਗਰ ਸਿੱਧੂ ਮੂਸੇਵਾਲਾ ਨੇ ਆਪਣੇ ਨਾਮ ਕੀਤਾ ਇੱਕ ਹੋਰ ਰਿਕਾਰਡ ਤੇ ਅਸਲ ਸਿੱਧੂ ਮੂਸੇਵਾਲਾ ਦੇ ਗੀਤਾਂ ਦੇ ਵੱਲੋਂ ਹੁਣ ਵੀ ਕਈ ਰਿਕਾਰਡਸ ਬਣਾਏ ਜਾਂਦੇ ਨੇ ਸਿੱਧੂ ਮੂਸੇਵਾਲਾ ਦੇ ਗੀਤ ਜਦੋਂ ਵੀ ਰਿਲੀਜ਼ ਹੁੰਦੇ ਨੇ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤੇ ਜਾਂਦੇ ਨੇ ਤੇ ਵੱਲ ਦੱਸਦੀ ਏ ਕਿ ਹੁਣ ਰੀਸੈਂਟਲੀ ਸਿੱਧੂ ਮੂਸੇਵਾਲਾ ਦੇ ਗੀਤ ਨੇ ਅਜਿਹਾ ਰਿਕਾਰਡ ਬਣਾਇਆ ਹੈ ਜੋ ਕਿ ਉਹਨਾਂ ਦੀਆਂ ਅਚੀਵਮੈਂਟ ਲਿਸਟ ਦੇ ਵਿੱਚ ਇੱਕ ਹੋਰ ਚੀਜ਼ ਐਡ ਹੋ ਚੁੱਕੀ ਹੈ ਸਿੱਧੂ ਮੂਸੇਵਾਲਾ ਦਾ 295 ਗੀਤ ਤਾਂ ਤੁਸੀਂ ਉਨੇ ਹੀ ਸੁੜਿਆ ਹੋਵੇਗਾ ਤੇ ਇਹ ਗੀਤ ਹੈ ਸਿੱਧੂ ਮੂਸੇਵਾਲਾ ਦੀ ਐਲਬਮ ਮੂਸ ਟੇਪ ਚੋਂ ਤੇ ਮੂਸ ਟੇਪ ਐਲਬਮ ਦੇ ਸਾਰੇ ਹੀ ਗੀਤ ਲੋਕਾਂ ਨੇ ਬੇਹੱਦ ਪਸੰਦ ਕੀਤੇ ਲੇਕਿਨ ਉਹਨਾਂ ਵਿੱਚੋਂ ਸਭ ਤੋਂ ਵੱਧ ਪੋਪੂਲਰ ਹੋਣ ਵਾਲੇ ਗੀਤਾਂ ਵਿੱਚੋਂ ਇੱਕ ਹੈ 295 ਇਸ ਗੀਤ ਦੇ ਨਾਲ ਜਿੱਥੇ ਸਿੱਧੂ ਮੂਸੇਵਾਲਾ ਨੇ ਨਾ ਸਿਰਫ ਇਹ ਸਾਬਿਤ ਕੀਤਾ ਕਿ ਉਹ ਕਮਾਲ ਦੇ ਸਿੰਗਰ ਨੇ ਬਲਕਿ ਕਮਾਲ ਦੇ ਰਾਈਟਰ ਵੀ ਨੇ ਤੇ ਉਹ ਆਪਣੇ ਆਪ ਤੋਂ ਇਲਾਵਾ ਤੇ ਜਾਂ ਫਿਰ ਕਹ ਲਈਏ ਜੋਨਦਾ ਜਨਰਸ ਸੀ ਉਸ ਤੋਂ ਇਲਾਵਾ ਸਮਾਜਿਕ ਮੁੱਦਿਆਂ ਤੇ ਵੀ ਬਹੁਤ ਚੰਗੇ ਤਰੀਕੇ ਲਿਖ ਸਕਦੇ ਨੇ ਬਹੁਤ ਚੰਗੇ ਦੇ ਤਰੀਕੇ ਸਟਾਇਰ ਕਰ ਸਕਦੇ ਨੇ ਸਿੱਧੂ ਮੂਸੇਵਾਲਾ ਨੇ 295 ਗੀਤ ਦੇ ذریعے ਇਹ ਸਾਬਿਤ ਕਰ ਦਿੱਤਾ ਕਿ ਉਹਨਾਂ ਦੀ ਕਲਮ ਕਿਸੇ ਵੀ ਤਰੀਕੇ ਦੇ ਗੀਤ ਲਿਖ ਸਕਦੀ ਹੈ ਤੇ ਸਚਾਈ ਲਿਖਣ ਤੋਂ ਉਹਨਾਂ ਦੀ ਕਲਮ ਕਦੇ ਵੀ ਨਹੀਂ ਡਰਦੀ ਸੋ ਸਿੱਧੂ ਮੂਸੇਵਾਲਾ ਦੇ 295 ਗੀਤ ਨੇ ਰੀਸੈਂਟਲੀ ਇੱਕ ਰਿਕਾਰਡ ਬਣਾਇਆ ਹੈ ਦਰਅਸਲ ਸਿੱਧੂ ਮੂਸੇਵਾਲਾ ਦਾ ਗੀਤ 295 ਜੋ ਕਿ ਉਹਨਾਂ ਦੀ ਮੋਸਟ ਪੈਲਮ ਦੇ ਵਿੱਚੋਂ ਹੈ ਉਸ ਗੀਤ ਨੇ 250 ਮਿਲੀਅਨ ਸਟ੍ਰੀਮਸ ਆਡੀਓ ਪਲੈਟਫਾਰਮ Spotify ਹਾਸਲ ਕਰ ਲਏ ਨੇ ਜੀ ਹਾਂ ਆਡੀਓ ਪਲੈਟਫਾਰਮ Spotify ਦੇ ਉੱਤੇ ਜਿੱਥੇ ਕਿ ਸਿਰਫ ਗੀਤਾ ਦੀ ਆਡੀਓ ਨੂੰ ਅਸੀਂ ਸੁਣ ਸਕਦੇ ਹਾਂ ਤੇ ਸਿਰਫ ਆਡੀਓ ਤੇ ਹੀ ਸਿੱਧੂ ਮੂਸੇਵਾਲਾ ਦੇ ਇਸ ਗੀਤ 295 ਨੇ ਇਹ ਸਾਬਿਤ ਕਰ ਦਿੱਤਾ ਕਿ ਸਿੱਧੂ ਮੂਸੇਵਾਲਾ ਦੇ ਗੀਤ ਅੱਜ ਵੀ ਰਿਕਾਰਡ ਬ੍ਰੇਕਿੰਗ ਕੰਮ ਕਰ ਰਹੇ ਨੇ ਅੱਜ ਵੀ ਕਾਫੀ ਸਾਰੇ ਰਿਕਾਰਡਸ ਤੋੜਦੇ ਨੇ ਸੋ ਸਿੱਧੂ ਮੂਸੇਵਾਲਾ ਦੇ ਗੀਤ 295 ਨੇ ਕੰਪਲੀਟ ਕੀਤੇ 250 ਮਿਲੀਅਨ ਸਟ੍ਰੀਮਸ ਆਡੀਓ ਪਲੈਟਫਾਰਮ Spotify ਦੇ ਉੱਤੇ ਇਸ ਗੀਤ ਨੂੰ ਆਵਾਜ਼ ਵਰਨਨ ਓਨਲੀ ਸਿੱਧੂ ਮੂਸੇਵਾਲਾ ਦੇ ਵੱਲੋਂ ਦਿੱਤੀ ਗਈ ਤੇ ਉਥੇ ਹੀ ਜੇਕਰ ਲਿਰਿਕਸ ਦੀ ਗੱਲ ਕਰੀਏ ਤੇ ਲਿਰਿਕਸ ਨੂੰ ਵੀ ਸਿੱਧੂ ਮੂਸੇਵਾਲਾ ਨੇ ਹੀ ਲਿਖਿਆ ਸਿੱਧੂ ਮੂਸੇਵਾਲਾ ਦੇ ਲਿਖੇ ਤੇ ਗਾਏ ਗੀਤ 295 ਨੇ ਆਪਣੀ ਇੱਕ ਖਾਸ ਜਗ੍ਹਾ ਬਣਾਈ ਤੇ ਇੰਡਸਟਰੀ ਦੇ ਪੰਜਾਬੀ 뮤직 ਇੰਡਸਟਰੀ ਦੇ ਆਈਕੋਨਿਕ ਗੀਤਾਂ ਦੇ ਵਿੱਚ ਇੱਕ ਬਣ ਗਿਆ ਐਵਰਗ੍ਰੀਨ ਗੀਤਾਂ ਦੇ ਵਿੱਚ ਇੱਕ ਬਣ ਗਿਆ ਗੀਤ 295 ਜਿਸ ਨੇ ਹੁਣ 250 ਮਿਲੀਅਨ ਸਟ੍ਰੀਮਸ ਪੂਰੇ ਕਰ ਲਏ ਨੇ ਆਡੀਓ ਪਲੈਟਫਾਰਮਸ 45 ਦੇ ਉੱਤੇ ਸੋ ਇਹ ਸਿੱਧੂ ਮੂਸੇਵਾਲਾ ਦੀ ਐਲਬਮ ਮੂਸ ਟੇਪ ਦਾ ਗੀਤ ਹੈ ਜਿਸ ਨੂੰ ਲੋਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ ਹੈ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਰਿਕਾਰਡ ਦੇ ਬਾਰੇ ਕੀ ਕਹਿਣਾ ਹੈ ਇਹ ਵੀ ਕਮੈਂਟ ਏਰੀਆ ਚ ਦੱਸ ਸਕਦੇ ਹੋ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਨਾ ਹੀ ਇਸ ਤੋਂ ਇਲਾਵਾ ਪੋਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ